हेलो दोस्तों मैं हूं गौरव और आप देख रहे हैं आपका अपना यूट्यूब चैनल गौरव क्रूक्स तो सबसे पहले आपको टेलीग्राम चैनल को ज्वाइन कर लेना है गौरव क्रूस पी नाम से ये ये टेलीग्राम चैनल है जो आपको टेलीग्राम पे भी मिल जाएगा और लिंक डिस्क्रिप्शन में मिल जाएगी आगे जो आप वीडियो देख रहे हैं उसमें वॉइस मेरे फ्रेंड की होगी तो माइंड मत करना आपको पूरा सोल्यूशन इस वीडियो में दिया जाएगा वीडियो को पूरा एंड तक देखना और अगर वीडियो अच्छी लगे तो लाइक कर लेना चैनल सब्सक्राइब करना मत भूलिएगा और अपने फ्रेंड्स को भी शेयर कर सकते हैं जिससे लगातार आपकी पूरी हेल्प हो पाए आपको सारे पेपर सारे एग्जाम के यहाँ पर मिलते रहेंगे ਤੇ ਚਲੋ ਹੁਣ ਆਪਾਂ ਪੇਪਲ ਦਿਵਲ ਵੱਧਦੇ ਆ ਉੜਾ ਸ੍ਰੀ ਪਿਆਰਾ ਸਿੰਘ ਖੁੰਦਾ ਦੀ ਕਿਹੜੀ ਰਚਨਾ لازਮੀ ਪੰਜਾਬੀ ਪਾਠ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਹੈ ਇਹਦਾ ਜਵਾਬ ਹੈਗਾ ਪੰਜਾਬ ਦੀਆਂ ਨਕਲਾ 11 ਪੰਜਾਬ ਦੇ ਮੇਲੇ ਤੇ ਤਿਉਹਾਰ ਪਾਠ ਦਾ ਲੇਖਕ ਕੌਣ ਹੈ ਇਹਦਾ ਜਵਾਬ ਹੈਗਾ ਡਾਕਟਰ ਐਮ ਐਸ ਬੰਜਾਰਾ ਬੇਲੀ ਅਗਹੀੜੀ ਹੇਠ ਲਿਖੇ ਕਥਨ ਠੀਕ ਜਾਂ ਠੀਕ ਹੈ ਜਾਂ ਗਲਤ ਪੰਜਾਬ ਵਿੱਚ ਤਿਉਹਾਰਾਂ ਦਾ ਲੰਮਾ ਕਾਫਰਾ ਤੁਰਿਆ ਰਹਿੰਦਾ ਹੈ ਬਿਲਕੁਲ ਸਹੀ ਆ ਅਗੇ ਸਸਾ ਉਹ ਜਿਹੜਾ ਵਿਕਾਸ ਕਿਸ ਚੀਜ਼ ਦੀ ਲਬਤ ਨਾਲ ਹੋਇਆ ਇਹਦਾ ਅਸਰ ਹੈਗਾ ਈਲੀ ਤਾਤਾ ਅਗੇ ਪੰਜਵਾਂ ਗੂਗੇ ਦੀ ਪੂਜਾ ਅਸਰੇ ਵਿੱਚ ਦਾਸ਼ ਦਾ ਸੁਧਾ ਸੁਧਰਿਆ ਰੂਪ ਹੈ ਇਹਦਾ ਅਸਰ ਹੈਗਾ ਸਰਪ ਪੂਜਾ ਸਸਾ ਰਾਰਾ ਪਪਾ ਸਰਪ ਪੂਜਾ ਅਗੇ ਕੱਕਾ ਇਸਤਰੀਆਂ ਦੇ ਕੋਈ ਦੋ ਲੋਕ ਨਾਚਾਂ ਦੇ ਨਾਮ ਲਿਖੋ ਗਿੱਧਾ ਅਤੇ ਕਿੱਕਲੀ ਦੋ ਆਹੋਗੇ ਖਖਾ ਨਿਰੰਜਨ ਸਿੰਘ ਦੇ ਮੁੰਡੇ ਦਾ ਨਾਂ ਹਰਿੰਦਰ ਅਤੇ ਸੁਰਿੰਦਰ ਸਿੰਘ ਆ ਹੈਗਾ ਬਿਲਕੁਲ ਗਲਤਾ ਖਖਾ ਗਲਤਾ ਅੱਗੇ ਗੱਗਾ ਤਾਜ ਮਹਿਲ ਤੇ ਕਵਿਤਾ ਕੌਣ ਕਵਿਤਾ ਕੌਣ ਹਨ ਕਵੀ ਕੌਣ ਹਨ ਇਹਦਾ ਸਹੀ ਹੋਏਗਾ ਜੋ ਗੱਗੇ ਦਾਕਟਰ ਮੋਹਨ ਸਿੰਘ ਮੋਹਨ ਸਿੰਘ ਸੀ ਜੇ ਦਾ ਹੋ ਰਾਈ ਤਰ ਇਹ ਜਗਾ ਗਾ ਹੇਠਾ ਲਿਖੀ ਅਖਾਉਤ ਵਿੱਚ ਸਹੀ ਸ਼ਬਦ ਭਰ ਕੇ ਅਖਾਉਤੀ ਪੂਰੀ ਕਰੋ ਸਾਰਾ ਤਬਲ ਤਿਹਾਇਆ ਕੜੇ ਨੂੰ ਹੱਥ ਲਾਇਆ ਸਾਰਾ ਤਬਲ ਤਿਹਾਇਆ ਆ ਅਖਾਤ ਪੂਰੀ ਮੈਂ ਕਰ ਦਿੱਤੀ ਕਾ ਦੁਆ ਸੁਣਾ ਦੇਣਾ ਕੜੇ ਕੜਾ ਮਤ ਕੜਾ ਹੋ ਗਿਆ ਨੂੰ ਹੱਥ ਲਾਇਆ ਸਾਰਾ ਤਬਲ ਤਿਹਾਇਆ ਆਇਦੀ ਬਾਗ ਪੂਰਾ ਕਰ ਦਿੱਤਾ ਇਥੇ ਲਿਖੀਏ ਖਾਲੀ ਬਿੱਟ ਸਹੀ ਸ਼ਬਦ ਭਰ ਕੇ ਖਾਲੀ ਖਾਉਤ ਪੂਰੀ ਕਰੋ ਆਪਣਾ ਮਾਰੇਗਾ ਤਾਂ ਸ਼ਾਂਬੇ ਹੀ ਸੁੱਤੇਗਾ ਸ਼ਾਂਬੇ ਹੀ ਸੁੱਤੇਗਾ ਅੱਗੇ ਦੂਸਰਾ ਕਿਸੇ ਪੰਜ ਪ੍ਰਸ਼ਨ ਦੇ ਉੱਤਰ ਦਿਓ ਇਹਨਾਂ ਦਾ ਅਸਰ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਮਿਲੂਗਾ ਕਿਉਂਕਿ ਇਹ ਪੀਡੀਆ ਪੂਰੀ ਅੱਧ ਬਣਾਈ ਹੋਈ ਹੈ ਇਹਨਾਂ ਖਾਤਰ ਉਹ ਪੀਡੀਆ ਖੋਲ ਕੇ ਸਿੱਤ ਤੁਹਾਨੂੰ ਇਹਨਾਂ ਦਾ ਜਵਾਬ ਕਰਵਾਵਾਂਗੇ ਆ ਤੀਜੀ ਦਾ ਵੀ ਅਸਰ ਦੇ ਵਿੱਚ ਆ ਚੌਥੇ ਦਾ ਵੀ ਪੰਜ ਮਸੀਕਰ ਬਦਿੰਦੇ ਹੇਠਾਂ ਲਿਖੇ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਤਰਤੀਬ ਅਨੁਸਾਰ ਲਿਖੋ ਇਹ ਚਾਪਾ ਪਹਿਲਾ ਕਰਦਿੰਦੇ ਆ ਇਹਨੂੰ ਸ਼ਬਦ ਅਨੁਸਾਰ ਤਰਤੀਬ ਅਨੁਸਾਰ ਜਿਵੇਂ ਆ ਬਸੰਤਾ ਇਹਦੇ ਮੂਰੇ ਬੱਬਾ ਬੱਬਾ ਜਿਵੇਂ ਆ ਹੋ ਗਿਆ ਚਾਚਾ ਚਿਰਾਗ ਤੇ ਚਿੱਤੇ ਪੈਂਦਾ ਬਸੰਤੁੱਤੇ ਲਾ ਦੇਗੇ ਚਿਰਾਗ ਜੇ ਚਿਰਾਗ ਸ਼ਬਦ ਸਭ ਤੋਂ ਮੂਲੇ ਲੱਗੋ ਸਭ ਤੋਂ ਹੁਆ ਬਾਅਦ ਵਿੱਚ ਆਪਾਂ ਜਿਵੇਂ ਜਿਵੇਂ ਅੱਖਾਂ ਦੇ ਨੰਬਰ ਆ ਹੂਆ ਉਹ ਸਭ ਚਲਾਉਂਦੇ ਜਾਮੂ ਕੇ ਮੈਂ ਤੁਹਾਨੂੰ ਤਰਤੀਬ ਉਹਨਾਂ ਸਾਰਾ ਦਿੰਨਾ ਪਹਿਲਾ ਹੂਆ ਬਸੰਤ ਬਸੰਤਰੀ ਪਹਿਲਾ ਉਹ ਚਿਰਾਗ ਫਿਰ ਬਾਅਦ ਚ ਬਸੰਤਾ ਹੂਆ ਬਾਅਦ ਚ ਬਖਸੀਦ ਹੂਆ ਅਧੂਰਾ ਹੂਆ ਭਗਵਾਨ ਅਗੇ ਪਿੱਤਨਾ ਸੰਕੋਚ ਮਕ ਮਕਚੂ ਮਚਕੋੜ ਮਚਕੋੜ ਦਵਾਇ ਸੁਣਾ ਦਿੰਨਾ ਚਿਰਾਗ ਬਸੰਤ ਬਖਸੀਦ ਭਗਵਾਨ ਪਿਤਨਾ ਮਕਚੂ ਮਚਕੋੜ ਅਗਿਆਗਛੇਮਾ ਇਥਾ ਲਿਖੇ ਬਾਕਾਂ ਵਿੱਚੋਂ ਕਿਸੇ ਤਿੰਨ ਬਾਕਾਂ ਨੂੰ ਬਰੈਕਟ ਵਿੱਚ ਦਿੱਤੇ ਬਰੈਕਟ ਦਿੱਤੇ ਨਿਰਦੇਸ਼ ਅਨੁਸਾਰ ਬਾਕਾਂ ਬਤਾਂਦਰਾ ਕਰੋ ਜੀ ਇਹਦਾ ਕਰਵਾ ਦਿੰਨੇ ਆ ਪਹਿਲਾ ਹੈਗਾ ਇਹਦੇ ਵਿੱਚ ਅਸੀਂ ਤੁਹਾਨੂੰ ਪੰਜੇ ਕਰਵਾ ਦਾਂਗੇ ਭਾਵੇਂ ਤੁਸੀਂ ਦੌਲਤਮੰਦ ਹੋ ਤਾਂ ਵੀ ਤੁਸੀਂ ਸੁਖੀ ਨਹੀਂ ਹੋ ਮੈਂ ਤੁਹਾਨੂੰ ਸੁਣਾ ਦਣਾ ਤੁਸੀਂ ਦੌਲਤਮੰਦ ਹੋ ਤੁਸੀਂ ਦੌਲਤਮੰਦ ਹੋ ਪਰ ਤੁਸੀਂ ਸੁਖੀ ਨਹੀਂ ਹੋ ਇਹਦਾ ਆਉਗਾ ਦੋ ਵਸਨਾ ਦੇਣਾ ਤੁਸੀਂ ਦੌਲਤਮੰਦ ਹੋ ਪਰ ਤੁਸੀਂ ਸੁਖੀ ਨਹੀਂ ਹੋ ਅਗਾਂਹ ਸਿਰਫ ਮਾਂ ਹੀ ਬੱਚੇ ਨੂੰ ਪਾਲ ਸਕਦੀ ਆ ਨਾ ਬੱਚੇ ਦਾ ਆਉਗਾ ਮਾਂ ਤੋਂ ਬਿਨਾ ਬੱਚੇ ਨੂੰ ਕੋਈ ਨਹੀਂ ਪਾਲ ਸਕਦਾ ਇੱਕ ਬਦ ਬਸਰਨਦ ਨਾ ਮਾਂ ਤੋਂ ਬਿਨਾ ਬੱਚੇ ਨੂੰ ਕੋਈ ਪਾਲ ਨਹੀਂ ਸਕਦਾ ਜਾਂ ਕੋਈ ਨਹੀਂ ਪਾਲ ਸਕਦਾ ਅਗੇੜੀ ਕਿਸੇ ਨਾਲ ਕੋੜਾ ਨਾ ਬੋਲੋ ਹਾਂ ਬੱਚਕ ਹਰੇਕ ਨਾਲ ਮਿੱਠਾ ਬੋਲੋ ਹਰੇਕ ਨਾਲ ਮਿੱਠਾ ਬੋਲੋ ਅਗੇ ਸੱਸਾ ਤੁਹਾ ਦੀ ਸਿਆਣਪ ਨੂੰ ਸਭ ਜਾਣਦੇ ਹਨ ਇਹਨੂੰ ਪਰਸ਼ਨ ਬੱਚਕ ਚ ਬਦਲਨਾ ਤੁਹਾ ਦੀ ਸਿਆਣਪ ਨੂੰ ਕੋਣ ਨਹੀਂ ਜਾਣਦਾ ਤੁਹਾਦੀ ਸਿਆਣਪ ਨੂ ਕੋਨ ਨਹੀਂ ਜਾਣਦਾ ਅਗੇ ਹਾਹਾ ਬਲਜੀਤ ਨੇ ਚਾਹ ਪੀਤੀ ਕਰਮਣੀ ਬਾਚ ਵਿੱਚ ਬਦਲਨਾ ਚਾਹ ਮਨਜੀਤ ਦੁਆਰਾ ਪੀਤੀ ਗਈ ਚਾਹ ਬਲਜੀਤ ਬਲਜੀਤ ਦੁਆਰਾ ਪੀਤੀ ਗਈ ਅਗੇ ਸੱਤਵਾਂ ਇਹ ਤਾਂ ਲਿਖਿਆ ਆਪਾਂ ਅਖਾਉਤਾਂ ਵਿੱਚ ਕਿਸੇ ਚਾਰ ਨੂ ਬਾਕਾ ਵਿੱਚ ਬਲਤੂ ਜਾ ਉਹਨਾਂ ਦੀ ਬਲਤੂ ਦੀ ਅਸਥਿਤੀ ਦੱਸੋ ਜੇ ਤੁਹ ਆਪਾਂ ਕਹਾਂਗੇ ਉੜਾ ਆੜਾ ਸਸਾ ਖਖਾ ਅੱਜ ਆ ਕਰਾਂਗੇ ਊੜ ਊੜਾ ਅੱਗੇ ਸੱਪ ਤੇ ਪਿੱਛੇ ਛੀ ਛੀ ਜਦੋਂ ਕੋਈ ਮੁਸੀਬਤ ਆ ਜਾ ਦਲ ਦਰਕਾਰਨਾਂ ਅੱਗੇ ਜਾ ਸਕੇ ਨਾ ਪਿੱਛੇ ਮੰਨ ਲੈ ਜੇ ਉਹਦੇ ਤੇ ਕੋਈ ਮੁਸੀਬਤ ਆ ਗਈ ਉਹਦੇ ਕਰਕੇ ਤੁਸੀਂ ਨਾ ਅੱਗੇ ਜਾ ਸਕਦੇ ਹੋ ਨਾ ਪਿੱਛੇ ਜਾ ਸਕਦੇ ਹੋ ਆ ਜੋ ਖਾਉਤਾ ਉਹਦੇ ਬਰਤੀ ਜਾਂਦੀ ਆ ਗੌਰਵ ਸਾਰੀ ਜਾਇਦਾਦ ਵੇਚ ਕੇ ਵੇਚ ਅਤੇ ਅਤੇ ਵਿਆਜੂ ਪੈਸੇ ਲੈ ਕੇ ਵਿਦੇਸ਼ ਗਿਆ ਅਤੇ ਉੱਥੇ ਜਾ ਕੇ ਉਸਨੇ ਪਤਾ ਲੱਗਾ ਕਿ 에ਜੰਟ ਨੇ ਉਸ ਨੂੰ ਗਲਤ ਤਰੀਕੇ ਨਾਲ ਬਾਹਰ ਭੇਜਿਆ ਹੈ ਹੁਣ ਉਹ ਨਾ ਇੱਥੇ ਰਹਿ ਕੇ ਕੋਈ ਕੰਮ ਕਰ ਸਕਦਾ ਹੈ ਅਤੇ ਨਾ ਵਾਪਸ ਆ ਸਕਦਾ ਹੈ ਉਹਦੀ ਤਾਂ ਅੱਗੇ ਸੱਪ ਤੇ ਪਿੱਛੇ ਸੀ ਬਾਰੀ ਗੱਲ ਹੈ ਸਮਝ ਗਈ ਹੁਣ ਤੁਸੀਂ ਅਗਿਆੜਾ ਸ਼ੇਰ ਦੁੱਧ ਵੀਰ ਮੇਰਾ ਸ਼ੇਰ ਦੁੱਧ ਤੇ ਵੀ ਵੀ ਸ਼ੇਰ ਪਾਣੀ ਕੁਮਰ ਕੁਮਰ ਫਿਰਮਾਨਾ ਨੀ ਕਤਿਆ ਕਤਿਆ ਚੀਜ਼ ਦਾ ਮਾਨ ਬਹੁਤਾ ਕਰਨਾ ਮਨ ਲਜੋ ਚੀਜ਼ ਬੇਕਾਰਾ ਉੱਤੇ ਤੇ ਜਿਆਦਾ ਹੀ ਮਾਨ ਕਰਨਾ ਜਦੋਂ ਲਖਮਿੰਦਰ ਕੌਰ ਆਪਣੇ ਬਾਹਲੇ ਗਏ ਪੁੱਤਰ ਦੀਆਂ ਅਤੇ ਉਸ ਦੀ ਚੰਗੀ ਤਨਖਾਹ ਦੀਆਂ ਤਰੀਫਾਂ ਕਰ ਕੇ ਚਲੀ ਗਈ ਤਾਂ ਗੋੰਦਨ ਨੇ ਕਿਹਾ ਸ਼ੇਰ ਦੁੱਧ ਵੀ ਛੇ ਦੁੱਧ ਤੇ 26 ਗਿਆ ਮੈਂ ਕਿਹਾ ਦੁਬਾਰਾ ਬੋਲ ਛੇ ਦੁੱਧ 26 ਪਾਣੀ কুমਰ ਕੇ ਫਿਰੇਮਦਾਨੀ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਇਹਦਾ ਮੁੰਡਾ ਉੱਥੇ ਹੋਤਰ ਵਿੱਚ ਭਾਂਦੇ ਸਾਫ਼ ਕਰਦਾ ਇਕਦਵਾਰ ਤੁਹਾਨੂੰ ਦੁਬਾਰਾ ਸੁਣਾ ਨਹੀਂ ਕਿਉਂਕਿ ਜੋ ਅਖਾਉਤਾ ਥੋੜੀ ਔਖੀ ਆ ਇਹਨੂੰ ਮੈਂ ਦੁਬਾਰਾ ਸੁਣਾ ਦਿੰਨਾ ਕਿਉਂਕਿ ਤੁਹਾਡੇ ਜੋ ਸਮਝ ਨਾ ਆ ਹੀ ਹੋਵੇ ਛੇ ਦੁੱਧ 26 ਪਾਣੀ কুমਰ কুমਰ ਫਿਰੇਮਦਾਨੀ ਇਹਦੇ ਇਦੀ ਤੋਂ ਹੋਇਆ ਕਤਿਆ ਚੀਜ਼ ਦਾ ਬਹੁਤ ਮਨ ਕਰਨਾ ਜਦੋਂ ਲਖਮਿੰਦਰ ਕੌਰ ਆਪਣੇ ਬਾਹਰ ਗਏ ਪੁੱਤਰ ਪੁੱਤਰ ਅਤੇ ਉਸ ਦੀ ਚੰਗੀ ਤਨਖਾਹ ਦੀਆਂ ਤਾਰੀਫਾਂ ਕਰਕੇ ਚਲੀ ਗਈ ਤਾਂ ਗੋਂਡ ਨੇ ਕਿਹਾ ਛੇਲ ਦੁੱਧ ਤੇ 20 ਛੇਲ ਪਾਣੀ কুমਰ কুমਰ ਫਿਰੇਮਦਾਨੀ ਜਿਵੇਂ ਕਿਸੇ ਨੂੰ ਪਤਾ ਹੀ ਨਹੀਂ ਇਹਦਾ ਮੁੰਡਾ ਉੱਥੇ ਉਤਰ ਵਿੱਚ ਭਾਂਦੇ ਸਾਫ਼ ਕਰਦਾ ਹੈ ਅੱਗੇ ਆ ਗਿਆ ਸੱਸਾ ਸੱਜ ਤਾਂ ਬੋਲੇ ਸ਼ਾਨ ਨੇ ਕਿਉਂ ਬੋਲੇ ਸੱਜ ਤਾਂ ਬੋਲੇ ਸ਼ਾਨ ਨੇ ਕਿਉਂ ਬੋਲੇ ਇੱਕ ਦੋਸ਼ੀ ਦੂਜੇ ਦੋਸ਼ੀ ਦੇ ਦੋਸ਼ ਕਿਉਂ ਕਿਉਂ ਕਰਦੇ ਜਦੋਂ ਜਗਦੇਵ ਨੂੰ ਸੁਰਿੰਦਰ ਦੇ ਤੇ ਚੋਰੀ ਦਾ ਇਲਜ਼ਾਮ ਲਾਇਆ ਤਾ ਸੁਰਿੰਦਰ ਨੇ ਕਿਹਾ ਜਗਦੇਵ ਕਲ ਤਾਂ ਤੂੰ ਕਲ ਤਾਂ ਤੂੰ ਚੇਰੀ ਤੇ ਕਿਸ ਤੋਂ ਤੋ ਰਹਾ ਹੋ ਕੇ ਆਇਆ ਹੈ ਅੱਖੇ ਸੱਜ ਤਾਂ ਬੋਲੇ ਸੌ ਨਹੀਂ ਕਿਉਂ ਬੋਲੇ ਇਹਦਾ ਹੋਊਗਾ ਅੱਗੇ ਖਖਾ ਇਹ ਕਹੇਗਾ ਇੱਕ ਦਰ ਬੰਦ 100 ਦਰ ਖੁੱਲੇ ਹਮੇਸ਼ਾ ਆਸਬੰਦ ਰਹਿਣਾ ਦੀ ਸਿੱਖਿਆ ਦੇਣ ਲਈ ਇਹ ਅਖਾਂਨ ਬਲਤੇ ਜਾਂਦੀ ਹੈ ਜਦੋਂ ਜਸਮੀਤ ਨੇ ਜਸਮੀਤ ਦੇ ਵਿਦੇਸ਼ ਵਿੱਚ ਉਸਦੇ ਮਾਪੇ ਨੇ ਪਰ ਉਹਦੇ ਮਾਮੇ ਨੇ ਪੜਾਈ ਦਾ ਖਰਚੇ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ ਪਿਤਾ ਪਿਤਾ ਨੇ ਕਿਹਾ ਪੁੱਤ ਜੇ ਕਬਰਾਂ ਨਾ ਤੇਰੀ ਪੜਾਈ ਦੇ ਖਾਤ ਦਾ ਕੋਈ ਕੋਈ ਹੋਰ ਮਹਿਲਾ ਬਣ ਹੀ ਜਾਣਾ ਹੈ ਸਿਆਣੇ ਕਹਿੰਦੇ ਨੇ ਕਿ ਇੱਕ ਦਰ ਬੰਦ 100 ਦਰ ਖੁੱਲਾ ਕਿ ਜੋ ਅਥਮਾ ਤੇ ਨਮਨ ਇਹਨਾਂ ਦਾ ਅੰਸ਼ ਤੁਹਾਨੂੰ ਇੱਕ ਹੋਰ ਪੀੜ੍ਹੀਆ ਕੋਰਸ ਕਿ ਕਰਵਾ ਦਿਨਾ ਚਲ ਹੁਣ ਆਪਾਂ ਅਗਲੀ ਪੀੜ੍ਹੀਆ ਖੋਲ ਲੈਂਦੇ ਆ ਇਹ ਜੋ ਦੂਸਰੀ ਪੀਡੀਐਫ ਨੂੰ ਖੋਲ੍ਹ ਲਈ ਜਿਸ ਵਿੱਚ ਇਹਨਾਂ ਜੋ ਪ੍ਰੈਸਨਸੀ 5 ਲੇਖ ਸੀ ਜੋ ਇਹ ਪੈਰਾਗ੍ਰਾਫ ਜਿਸ ਨੂੰ 977 ਤੋਂ ਉਸ ਪੀਡੀਐਫ ਦੇ ਵਿੱਚ ਮਿਲ ਜੂਆ ਜਿਵੇਂ ਪਹਿਲੇ ਪ੍ਰੈਸਨਸੀ ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਿਸ਼ੋਕੜ ਬਾਰੇ ਦੱਸੋ ਪੰਜਾਬੀ ਸੱਭਿਆਚਾਰ ਦੀ ਧਾਰ ਆਧਿਆ ਯਾਤਰੀ ਦੇ ਪੰਜਾਬ ਵਿੱਚ ਆਗਮਨ ਤੇ ਬਸੇਬੇ ਨਾਲ ਜੁੜੀ ਹੋਈ ਹੈ ਬੈਜਿਕ ਸੱਭਿਆਚਾਰ ਦਾ ਮਹਾਨ ਗ੍ਰੰਥ ਤੇ ਭਾਰਤੀ ਸੱਭਿਆਚਾਰ ਦਾ ਪ੍ਰਾਤਨ ਮਹਾਨ ਸਰੋਤ ਰਿਗਵੇਦ ਪੰਜਾਬ ਵਿੱਚ ਹੀ ਰਚਿਆ ਗਿਆ ਪੰਜਾਬੀ ਸੱਭਿਆਚਾਰ ਨੂੰ ਭਾਰਤੀ ਸੱਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ ਪੰਜਾਬ ਨਾ ਕੇਵਲ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੀ ਰਿਹਾ ਹੈ ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿੱਚ ਵੀ ਇਸ ਦਾ ਵਿਸ਼ੇਸ਼ ਯੋਗਦਾਨ ਹੈ ਰਿਗਵੇਦ ਕਾਲ ਵਿੱਚ ਪੰਜਾਬ ਨੂੰ ਸੱਤ ਦਰਿਆਵਾਂ ਦੀ ਧਰਤੀ ਹੋਣ ਕਰਕੇ ਸਭ ਤੋਂ ਸਿੱਧੂ ਕਿਹਾ ਗਿਆ ਪਰੰਤੂ ਮਹਾਪਾਲਤ ਕਾਲ ਵਿੱਚ ਇਸ ਨੂੰ ਪੰਜ ਜਨਨ ਅਰਥਾਤ ਪੰਜ دریاਵਾਂ ਦੀ ਧਰਤੀ ਕਿਹਾ ਜਾਣ ਲੱਗਾ ਪਿੱਛੇ ਮੁਸਲਮਾਨਾਂ ਨੇ ਮੁਸਲਮਾਨ ਦੇ ਆਉਣਾ ਇਹ ਇਹੋ ਪੰਜ ਨਦ ਪੰਜ ਨਦ ਸ਼ਬਦ ਦੇ ਹੀ ਬਦਲ ਕੇ ਪਾਸ ਪਾਸੀ ਵਿੱਚ ਪੰਜਾਬ ਪੰਜ ਪਲੱਸ ਆਪ ਬਣ ਗਿਆ ਭਾਰਤੀ ਸੱਭਿਆਚਾਰ ਦੀਆਂ ਪ੍ਰਮੁੱਖ ਕਤਨਾਵਾਂ ਵੀ ਪੰਜਾਬ ਵਿੱਚ ਹੀ ਵਾਪਰੀਆਂ ਪਾਣਿੱਤੀ ਦੇਸ਼ ਸੱਭਿਅਤਾ ਵਿਆਕਰਨ ਦੀ ਰਚਨਾ ਵੀ ਇਸੇ ਤਰਤੇ ਉਤੇ ਕੀ ਕੀਤੀ ਭਗਵੰਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗਮਹਾਨ ਗ੍ਰੰਥ ਹੀ ਇੱਥੇ ਹੀ ਰਚੇ ਹੋ ਗਏ ਹਨ ਰਚੇ ਗਏ ਤੇ ਇਹ ਉਹ ਇਹ ਉਹ ਸੀ ਜਦੋਂ ਪੰਜਾਬ ਦੀ ਹੱਦਾਂ ਜੋ ਕਿ ਰਾਜਨੀਤਿਕ ਪੰਜਾਬ ਨਾਲੋਂ ਕਿਤੇ ਵਿਸ਼ਾਲ ਹਨ ਮੱਧਕਾਲ ਵਿੱਚ ਪੰਜਾਬ ਇਸ ਲਈ ਇਸ ਲਈ ਧਰਮ ਤੇ ਸੱਭਿਅਤਾ ਸੱਭਿਅਤਾ ਦਾ ਵੱਡਾ ਕੇਂਦਰ ਰਿਹਾ ਪੰਜਾਬ ਦੀ ਬਹੁਤੀ ਵਸੋਂ ਇਸ ਰਾਮਧਰਮ ਗ੍ਰਹਿਣ ਕੀਤਾ ਪਰੰਤੂ ਇਥੋਂ ਦੇ ਸੂਫੀ ਫਕੀਰਾਂ ਨੇ ਪੰਜਾਬ ਦੇ ਸਭਿਆਚਾਰ ਵਿੱਚ ਭਾਗੀ ਦੇਸ਼ਲਾਮ ਰੰਗ ਦਸੂਮੇ ਸਥਾਪਿਤ ਕਰਨ ਦਾ ਯਤਨ ਕੀਤਾ ਗੁਰੂ ਸਾਹਿਬ ਨੇ ਆਪਣੀ ਨਿਰੋਈ ਮੰਨ ਬਤਾਵਾਦੀ ਸੋਚ ਅਨੁਸਾਰ ਨਵੇਂ ਸਿੱਖ ਧਰਮ ਤੇ ਸਿੱਖ ਧਰਮ ਤੇ ਫਲਸਫੇ ਦੀ ਨੀਂਹ ਰੱਖੀ ਜੋ ਅਜੋਕੇ ਪੰਜਾਬੀ ਸਭਿਆਚਾਰ ਦਾ ਤੁੜਾ ਬਣਿਆ ਪੰਜਾਬ ਪੰਜਾਬੀ ਸੱਭਿਆਚਾਰ ਇਤਿਹਾਸਿਕ ਸਫਰ ਵਿੱਚ ਗੁਜਲਦੀ ਸੱਤ ਦਰਿਆਵਾਂ ਤੋਂ ਪਹਿਲਾ ਪੰਜ ਦਰਿਆਵਾਂ ਦਾ ਤੇ ਫਿਰ 1947 ਵਿੱਚ ਈਕੂ ਦਰਿਆਵਾਂ ਦਾ ਰਹਿ ਗਿਆ 1990-1997 ਤੋਂ ਪੰਜਾਬ ਦੇ ਤਿੰਨ ਹਿੱਸੇ ਕਲ ਦਿੱਤੇ ਗਏ ਤੇ ਪੰਜਾਬ ਫਿਰ ਵੀ ਸੁੱਕੜ ਗਿਆ ਹੋਰ ਵੀ ਸੁੱਕੜ ਗਿਆ ਮਤਲਬ ਹੋਰ ਵੀ ਜ਼ਿਆਦਾ ਪੰਜਾਬ ਦਾ ਜੋ ਆਕਾਰ ਸੀ ਉਹ ਤਾਂ ਹੋ ਗਿਆ ਸੀ ਆਗਰ ਆਪਰੇਸ਼ਨ ਦੇਵੀ ਮਾਤਾ ਦੇ ਮੇਲਿਆਂ ਦਾ ਹੀ ਵਿਸ਼ੋਕੜ ਹੈ ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ ਦੇਵੀ ਦੇਵੀ ਮਾਤਾ ਦੇ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲੱਗਦੇ ਹਨ ਦੇਵੀ ਮਾਤਾ ਦੀ ਪੂਜਾ ਮੁੱਧ ਕਦੀਮ ਤੇ ਤੋਂ ਚੱਲੀ ਆ ਰਹੀ ਹੈ ਹੜੱਪਾ ਤੇ ਮੋਹਜੋਦੜੋ ਦੀ ਖੁਦਾਈ ਤੋਂ ਮੀਡੀਅਮ ਮੂਰਤੀਆਂ ਤੋਂ ਦੇਵੀ ਮਾਤਾ ਦੀ ਪੂਜਾ ਦੇ ਪੁਰਾਤਨ ਪਰਮਾਨ ਮਿਲਦੇ ਹਨ ਇਹ ਮੇਲੇ ਦੇਵੀ ਮਾਤਾ ਦੀ ਕਰੋ ਕ੍ਰੋਪੀ ਤੋਂ ਬਚਨ ਲਈ ਤੇ ਉਸ ਨੂੰ ਖੁਸ਼ ਕਰਨ ਲਈ ਪ੍ਰਾਤਨ ਕਾਲ ਤੋਂ ਲੱਗਦੇ ਆਏ ਹਨ ਦੀ ਦੀਵੀ ਦੀ ਪੂਜਾ ਸਾਜੀ ਦੀਵੀ ਦੀ ਪੂਜਾ ਕਰਨ ਲਈ ਪਹਿਲੇ ਨੌ ਰਾਤੇ ਤੋਂ ਗੋਹੇ ਵਿੱਚ ਮਿੱਟੀ ਗੁੰਨ ਕੇ ਕਰ ਦੇ ਕਿਸੇ ਕੰਧ ਉੱਤੇ ਸਾਜੀ ਮਾਈ ਦੀ ਪੂਰਤੀ ਮੂਲਤੀ ਬਣਾ ਲਈ ਜਾਂਦੀ ਹੈ ਇਸ ਨੂੰ ਫੁੱਲਾ ਕੋਡੀਆਂ ਤੇ ਤੇ ਮੋਤੀਆਂ ਨਾਲ ਸਜਾਇਆ ਤੇ ਗਹਿ ਗਹਿਨੇ ਨਾਲ ਸ਼ਿੰਗਾਰਿਆ ਜਾਂਦਾ ਹੈ ਇੱਕ ਪਾਸੇ ਚੰਨ ਚਲਦਾ ਹੈ ਤੇ ਦੂਜੇ ਪਾਸੇ ਸੂਰਜ ਡੁੱਬਦਾ ਵਿਖਾਇਆ ਜਾਂਦਾ ਹੈ ਕਈ ਘਰਾਂ ਵਿੱਚ ਸਾਂਜੀ ਦੇਵੀ ਦੀ ਮੂਰਤੀ ਦੀ ਥਾਂ ਉਸ ਦਾ ਚਿੱਤਰ ਹੀ ਬਣਾਇਆ ਜਾਂਦਾ ਹੈ ਤੇ ਪੂਜਾ ਹਰ ਰੋਜ਼ ਸ਼ਾਮ ਵੇਲੇ ਕੀਤੀ ਜਾਂਦੀ ਹੈ ਦੁਸਹਿਰੇ ਵਾਲੇ ਦਿਨ ਸਰਗਰ ਵੇਲੇ ਸਾਂਜੀ ਮਾਈ ਦੀ ਮੂਰਤੀ ਨੂੰ ਕਿਸੇ ਤੂ ਵੀ ਜਨ ਨਦੀ ਨਾਲੇ ਵਿੱਚ ਜਲ ਪ੍ਰਵਾਹ ਕਲ ਦਿੱਤਾ ਜਾਂਦਾ ਹੈ ਨਾ ਪਾਗ ਦੇ ਪ੍ਰੇਸ਼ਮਰ ਬਾਧਦੇ ਹਨ ਅਗਰ ਇਹ ਪ੍ਰੇਸ਼ਮ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ ਰਸਮਾਂ ਰਿਵਾਜਾਂ ਦੇ ਪੈਦਾ ਹੋਣ ਦਾ ਇੱਕ ਇੱਕ ਕਲਨ ਜ ਮੁਰਲੇ ਮਨੁੱਖ ਦੁਆਰਾ ਪੈ ਪੀਟ ਕਰਨ ਵਾਲੀਆਂ ਦੇਵੀ ਤਾਕਤਾਂ ਨੂੰ ਰਿਜਨ ਤੇ ਪਤਿਆਉਣ ਪਤਿਆਉਣ ਲਈ ਕਿਤੇ ਯਤਨਾ ਵਿੱਚੋਂ ਲੱਭਿਆ ਜਾ ਸਕਦਾ ਹੈ ਦੂਸਰੇ ਜਨਮ ਤੇ ਵਿਆਹ ਆਂਦੀ ਖੁਸ਼ੀ ਦੇ ਮੌਕੇ ਅਤੇ ਮੌਤ ਆਂਦੀ ਗਰਮੀ ਦੇ ਮੌ ਗਰਮੀ ਦੇ ਮੌਕੇ ਨੇ ਵੀ ਰਸਮ ਰਸਮਾਂ ਦੀ ਬਾਜਾ ਨੂੰ ਜਨਮ ਦਿੱਤਾ ਹੈ ਮਨੁਜੀ ਦੁਆਰਾ ਮਨੁੱਖੀ ਜੀਵਨ ਦੀ ਚਾਰ ਭਾਗ ਬ੍ਰਹਮਚਰ्य ਗ੍ਰਸਥ ਬਨਪਸਤ ਅਤੇ ਸੰन्यास ਵਿੱਚ ਕੀਤੀ ਵਿੱਚ ਕੀਤੀ ਬੰਦ ਨਾਲ ਬੀ ਕੁਝ ਸੰਸਕਾਰ ਬੁੱਝੇ ਹੋਏ ਹਨ ਇਹਨਾਂ ਸੰਸਕਾਰਾਂ ਨੇ ਵੀ ਰਸਮ ਰਿਵਰਜਨ ਦੀਪਨ ਪ੍ਰਣ ਨੂੰ ਬਧਾਇਆ ਤੇ ਅੱਗੇ ਤੋਰਿਆ ਪਰ ਇਹ ਜੋ ਆਪਾਂ ਇਹ ਜੋ ਉਤਰਾ ਉਤਰਾ ਨਿਕਲ ਨੇ ਨਿਚਰਾ ਕਿਉਂਕਿ ਮੈਨੂੰ PDF ਬਣਾਉਣ ਤੇ ਥੋੜੀ ਗਲਤੀ ਹੋ ਗਈ ਸੀ ਲੋਕ ਇਹਦਾ ਮਨੁੱਖ ਨੂੰ ਕਿਹੜੇ ਕਿਹੜੇ ਭਾਵਨਾਵਾਂ ਮਿਲਦਾ ਨਾਲ ਕਲਦੀ ਹਨ ਲੋਕ ਇਹਦਾ ਮਨੁੱਖ ਨੂੰ ਮਨੋਰੰਜਨ ਉਤਸ਼ਾਹ ਮਿਰਬਲਤਰ ਮਨੁੱਖ ਮਨੁੱਖੀ ਸਾਂਝ ਤੇ ਪਿਆਰ ਆਂਦੀ ਭਾਵਨਾਵਾਂ ਮ ਬਲਦਾਨ ਕਰਦੇ ਹਨ ਅੱਗੇ ਅੱਗੇ ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਕਿਉਂ ਮੰਨਿਆ ਜਾਂਦਾ ਹੈ ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਮੰਨਿਆ ਜਾਂਦਾ ਹੈ ਕਿਉਂਕਿ ਫੁਲਕਾਰੀ ਦੇ ਕਈ ਨਮੂਨੇ ਪੰਜਲੀਤਰ ਹਨ ਜਿਸ ਵਿੱਚ ਲੋਕ ਕਲਾ ਦੇ ਕਈ ਰੂਪ ਦੇਖੇ ਜਾ ਸਕਦੇ ਹਨ ਇੰਨਾਂ ਵਿੱਚ ਬਾਗ ਚੋਪ ਸੁਬਰ ਪਿਰਪਤਰਾ ਅਤੇ ਨੀਲਕਾਂ ਦੀ ਪ੍ਰਸਿੱਧ ਹਨ ਅੱਗੇ ਪੰਜਾਬੀ ਸੱਭਿਆਚਾਰ ਵਿੱਚ ਨਕਲਾ ਨਕਲਾ ਦਾ ਕੀ ਮਹੱਤਵ ਹੈ ਬੇਸ਼ੱਕ ਵਰਤਮਾਨ ਕਾਲ ਵਿੱਚ ਟੈਕਨੋਲੋਜੀ ਕਰਕੇ ਮਨੋਰੰਜਨ ਦੇ ਸਾਧਨ ਦਿਨੋਂ ਦਿਨ ਵੱਧ ਰਹੇ ਹਨ ਪਰ ਪਰ ਫਿਰ ਵੀ ਪੰਜਾਬੀ ਸੱਭਿਆਚਾਰ ਵਿੱਚ ਨਕਲਾ ਦਾ ਆਪਣਾ ਮਹੱਤਵ ਹੈ ਜਦੋਂ ਵੀ ਅੱਜ ਵੀ ਜਦੋਂ ਕਿਤੇ ਨਕਲਾ ਹੁੰਦੀਆਂ ਹਨ ਤਾਂ ਲੋਕ ਬੜੀ ਕਿ ਸਬਰੀਨਾਰ ਉਹ ਇਨਨ ਨੂੰ ਦੇਖਣਾ ਦੇਖਣ ਜਾਂਦੇ ਹਨ ਅੱਗੇ ਅਗੇ ਜੋ ਆ ਜੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਜੀਤ ਆ ਜੋ ਜਿਤ ਹੋਣ ਵਾਲੇ ਕਿਸੇ ਕਿਸਾਨ ਮੇਲੇ ਵਿੱਚ ਆਪਣੀ ਸਟਾਲ ਲਾਉਣ ਲਾਉਣ ਲਈ ਮੇਲਾ ਪ੍ਰਬੰਧਨ ਨੂੰ ਪੱਤਰ ਲਿਖੋ ਮੈਂ ਤੁਹਾਨੂੰ ਸਮਝਾ ਦਿੰਨਾ ਤੁਸੀਂ ਕੋਈ ਬੰਦੇ ਹੋ ਤੁਸੀਂ ਇੱਕ ਖੇਤੀਬਾੜੀ ਵਿਭਾਗ ਪੰਜਾਬ ਕੀ ਡਿਵੀਜ਼ਨ ਯੂਨੀਵਰਸਿਟੀ ਲੁਧਿਆਣਾ ਵਿਚ ਇੱਕ ਮੇਲਾ ਆਯੋਜਿਤ ਕੀਤਾ ਗਿਆ। ਉੱਥੇ ਤੁਸੀਂ ਆਪਣੀ ਦੁਕਾਨ ਓਨੀ ਜਾਂ ਕੋਈ ਵੀ ਕਿਸੇ ਨੇ ਰੀੜੀ-ਰੂੜੀ ਓਨੀ ਆ। ਉੱਥੇ ਤੁਸੀਂ ਉਹ ਲਾ ਕੇ ਉਹਦੀ ਇਜਾਜ਼ਤ ਲੈਣੀ ਆ। ਉਸ ਲਈ ਹੈ ਜੋ ਪੱਤਰਾ। ਮੁਖ ਆ ਉਤਰ ਤੁਸੀਂ ਸਾਦੀ ਸਕਦੇ ਉਹਨੂੰ ਲੱਗ ਜਾਓ। ਮੁਖ ਖੇਤੀਬਾੜੀ ਅਫਸਰ ਖੇਤ ਖੇਤਰੀ ਖੋਜ ਕੇਂਦਰ ਪਤਿਆਲਾ। ਵਿਸ਼ਾ ਕਿਸਾਨ ਮੇਲੇ ਵਿੱਚ ਸਟਾਲ ਲਾਉਣ ਬਾਰੇ ਸ੍ਰੀਮਾਨ ਜੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੁਧਿਆਣਾ ਵੱਲੋਂ ਪਤਿਆਲਾ ਵਿਖੇ ਮਿੱਟੀ 2922 ਨੂੰ ਕਿਸਾਨ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਮੈਂ ਇਸ ਮੇਲੇ ਵਿੱਚ ਆਪਣਾ ਸਟਾਲ ਲਾਉਣਾ ਚਾਹੁੰਦਾ ਹਾਂ ਇਸ ਵਿੱਚ ਨਿਮਨ ਲਿਖਤ ਪਦਾਰਥ ਨਿਮਨ ਲਿਖਤ ਖਾ ਦਾ ਪਦਾਰਥ ਸਮਾਨ ਹੋਣਗੇ ਪੂਰਾ ਮੈਂ ਆਪਣੇ ਹੱਥੀਕਰ ਅਚਲ ਤਿਆਰ ਕੀਤਾ ਹੈ ਜਿਸ ਵਿੱਚ ਅੰਬ ਨਿੰਬੂ ਮਿਰਚ ਅਤੇ ਮਿਕਸਰ ਚਾ ਸਾਮਰ ਹੈ ਅਗਿਆਰਾ ਮੇਰੇ ਪਤੀ ਮੇਰੇ ਪਤੀ ਖੇਤੀਬਾੜੀ ਦੇ ਨਾਲ 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 ਮੱਖੀ ਪਾਲਣ ਦਾ ਕੰਮ ਵੀ ਕਰਦੇ ਹਨ ਸੋ ਮੇਰੀ ਸਤਿ ਸ੍ਰੀ ਅਕਾਲ ਤੇ ਸੁਧ ਸਹਿਦ ਵੀ ਉਪਰਧ ਹੋਵੇਗਾ ਈੜੀ ਉਹ ਤੇ ਤੀਸਰਾ ਮੈਂ ਆਪਣੇ ਘਰ ਵਿਖੇ ਗੁਣਵੱਤਾ ਭਰਪੂਰ ਬਖ ਬਖ ਪਾਤ ਦਾ ਮੁਰੱਬਾ ਤਿਆਰ ਕੀਤਾ ਹੈ ਜਿਹੜਾ ਕਿ ਸਟਾਲ ਰਾਹੀਂ ਬੀੜਾਪੈਨਨੂ ਵੇਚਿਆ ਜਾਵੇਗਾ ਅੱਗੇ ਮੇਰੀ ਸਟਾਲ ਤੇ ਉਪਰੰਧ ਵਸਤੂਆਂ ਵਸਤਾਂ ਦੀ ਸੁਧਤਾ ਮਿਆਰ ਮਿਆਰ ਪਾਲ ਤੇ ਕੀਮਤ ਸਮੇਤ ਮੇਰੀ ਪੂਰਨ ਜ਼ਿੰਮੇਵਾਰੀ ਹੋਵੇਗੀ ਇੱਥੇ ਇਹ ਇਹ ਵੀ ਦੱਸਣਾ ਬੰਦ ਹੈ ਕਿ ਮੈਂ ਆਪਣੇ ਗੁਣਵੱਤਾ ਵਾਲੇ ਖਾਦ ਪਦਾਰਥਕ ਕਲਕੇ ਕਈ ਥਾਵਾਂ ਤੋਂ ਸਨਮਾਨਿਤ ਵੀ ਹੋ ਚੁੱਕਾ ਹਾਂ ਅੱਗੇ ਕਿਰਪਾ ਕਰਕੇ ਮੈਨੂੰ ਮੈਂ ਦੱਸਿਆ ਜਾਵੇ ਕਿ ਕਿਸਾਨ ਮੀਲੇ ਚਸਤਾਲ ਚਸਤਾਲ ਦਾ ਕੀ ਆਕਾਰ ਹੋਵੇਗਾ ਨਾਲੋਂ ਨਾਲ ਨਾਰੋ ਨਾਰ ਇਹ ਵੀ ਦੱਸਿਆ ਜਾਵੇ ਕਿ ਇਸ ਵਸਤੂ ਨੂੰ ਲਈ ਕਿੰਨੀ ਫੀਸ ਨਿਰਧਾਰਿਤ ਕੀਤੀ ਗਈ ਹੈ ਸਟਾਲ ਦੀ ਸਥਿਤੀ ਕੀ ਹੋਵੇਗੀ ਦੂਸਰੇ ਸ਼ਬਦਾਂ ਚ ਸਟਾਲ ਕਿੱਥੇ ਕਿਹੜੇ ਪਾਸੇ ਲਾਟ ਕੀਤਾ ਜਾਵੇਗਾ ਕਿਸ ਸਟਾਲ ਦੇ ਪ੍ਰਚਾਰ ਹਿਤ ਬੈਨਰ ਬੂਲਡ ਵੀ ਲਾਏ ਜਾ ਸਕਦੇ ਹਨ ਮੈਂ ਕਿਰਪਾ ਕਰਕੇ ਉਕਤ ਜਾਣਕਾਰੀ ਦਿੰਦੇ ਹੋਏ ਮੈਨੂੰ ਸਟਾਲ ਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਮੈਂ ਆਪ ਜੀ ਦੇ ਦਫ਼ਤਰ ਦੇ ਨਿਯਮਾਂ ਦੀ ਪਾਬੰਦ ਹੋਵਾਂਗਾ ਅਤੇ ਅਤੇ ਨਾਲ ਹੀ ਸਾਫ਼ ਸਫਾਈ ਦਾ ਪੂਰਾ ਧਿਆਨ ਵੀ ਰੱਖਿਆ ਜਾਵੇਗਾ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਪੁਰੀਂਦਰ ਸੌਰ ਜੇ ਜੋ ਦੂਸਰੀ ਅਰਜਿਸਤ ਜ਼ਾ ਵਿੱਚ ਤੁਸੀਂ ਪੜੇ ਲਿਖੇ ਨੌਜਵਾਨ ਹੋ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਨਨ ਲਈ ਪੱਤਰ ਲਿਖੋ ਅੱਗੇ ਡਿਵੈਲਪਮੈਂਟ ਅਫਸਰ ਭਾਰਤ ਜੀਵਨ ਬੀਮਾ ਨਿਗਮ ਜਲੰਧਰ ਵਿਸ਼ਾ LIC ਦਾ ਏਜੰਟ ਬਨਨ ਲਈ ਸ੍ਰੀਮਾਨ ਜੀ ਸ੍ਰੀਮਾਨ ਜੀ ਬੇਨਤੀ ਹੈ ਕਿ ਮੈਂ ਬੀਏ ਪਾਸ ਹਾਂ ਅਤੇ ਮੈਂ ਮਾਈਕਰੋਸਾਫਟ ਆਫਿਸ ਦਾ ਕੁਛ ਵੀ ਕੀਤਾ ਹੋਇਆ ਹੈ ਮੈਂ ਜੀਵਨ ਬੀਮਾ ਨਿਗਮ ਦਾ ਅਜੈਂਟ ਬਣਨਾ ਚਾਹੁੰਦਾ ਹਾਂ ਮੈਂ ਇਸ ਸਬੰਧੀ ਹੋਣ ਬਾਰੇ ਪ੍ਰੀ ਰੈਲੇਸ਼ਨਿੰਗ ਟੈਸਟ ਨੂੰ ਦੇਣ ਲਈ ਤਿਆਰ ਹਾਂ ਇਸ ਸਬੰਧੀ ਮੇਰਾ ਨਾਮ ਦਾਖਲ ਕਰ ਲਿਆ ਜਾਵੇ ਤੇ ਪ੍ਰੀਖਿਆ ਤੇ ਕੋਸ ਅਤੇ ਮਿਤੀ ਸਬੰਧੀ ਮੈਨੂੰ ਸੂਚਿਤ ਕੀਤਾ ਜਾਵੇ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਗੁਰਵਿੰਦਰ ਸਿੰਘ ਅਗੇ ਮੋਬਾਈਲ ਨੰਬਰ ਤੁਸੀਂ ਕੁਛ ਵੀ ਲਿਖ ਸਕਦੇ ਹੋ ਅੱਗੇ ਜੋ ਪੈਰਾਗ੍ਰਾਫ ਸੀ ਲਿਖੀ ਬਾਲਤਾ ਦੀ ਇੱਕ ਇਤਿਹਾਸਕ ਸਬਦਾਂ ਵਿੱਚ ਸੰਖੇਪ ਰਚਨਾ ਕਰੋ ਤੇ ਤੁਕ ਮੇ ਸਿਰਲੇਖ ਵੀ ਦਿਓ ਆਮ ਜ਼ਿੰਦਗੀ ਵਿੱਚ ਆ ਆ ਤੁਹਾਡਾ ਪੈਰਾ ਸੀ ਆਮ ਜ਼ਿੰਦਗੀ ਆ ਇਹਦਾ ਜੋ ਸਿਰਲੇਖ ਹੇਠਾਂ ਲਿਖਿਆ ਹੋਇਆ ਸਿਰਲੇਖ ਮਨੁੱਖੀ ਸ਼ਖਸੀਅਤ ਤੇ ਬਚਪਨ ਹੁਣ ਇਹਦਾ ਸੰਖੇਪ ਰਚਨਾ ਬੋਲ ਦੇਣਾ ਮੈਂ ਤੁਹਾਨੂੰ ਕੁਝ ਬਚਪਨ ਵਿੱਚ ਚੰਗੀ ਪਰਿਵਿਸ਼ परवृष्य मनुष्य ਨੂੰ ਸਾਉ ਪਰੰਤੂ ਪਿਆਰ ਦੀ ਕਮੀ ਉਸ ਦੇ ਗੁੱਸੇਖੋਰ ਬਣਾ ਦਿੰਦੀ ਹੈ ਇਸੇ ਲਈ ਸਕੂਨ ਦੇਣ ਵਾਲੀ ਥਾਂ ਸਮਾਜ ਪਰਿਵਾਰ ਤੇ ਘਰ ਦੀ ਸਥਾਪਨਾ ਹੋਈ ਹੈ ਮਾਪੇ ਖਾਸ ਕਰਕੇ ਮਾਂ ਦੀ ਚੰਗੀ ਜੀਵਨ ਸ਼ੈਲੀ ਉਥੇ ਜਿੱਥੇ ਬੱਚੇ ਨੂੰ ਸਰਬਕਲ ਸਮਰਥ ਬਣਾ ਦਿੰਦੀ ਹੈ ਉਥੇ ਲਾਪਰਵਾਹੀ ਹੀਨਾ ਭਾਵਨਾ ਹੀਨ ਭਾਵਨਾ ਪੈਦਾ ਕਰਕੇ ਬੁਰੀ ਸੰਗਤ ਬਲ ਤੱਕ ਦਿੰਦੀ ਹੈ ਸੰਸਾਰ ਦੇ ਮਹਾਂਪੁਰਖਾਂ ਦੇ ਪੁਰਖਾਂ ਤੇ ਖਲਨਾਇਕਾਂ ਦੇ ਜੀਵਨ ਦੀ ਔਖ ਉਨ ਦੀ ਸਖੀਤਾ ਕਰਨ ਵਿੱਚ ਮਾਪੇ ਪਰਿਵਾਰ ਤੇ ਸੰਗਤ ਦੀ ਭੂਮਿਕਾ ਨੂੰ ਸਿੱਧ ਕਰਦੀ ਹੈ ਅੱਗੇ ਆਗੇ ਸਜੋ ਆਪਾਂ ਤਿੰਨ ਸੀਰਾਂ ਦੇ ਕੇਂਦਰੀ ਭਾਪ ਕਰਨ ਸੀ ਇਨੇ ਵਿੱਚ ਅਸੀਂ ਦੋ ਦਾ ਕੇਂਦਰੀ ਭਾਵ ਤੁਹਾਨੂੰ ਕਰਾਵਾਂਗੇ ਮੇਰਾ ਤਾਜਮਹਿਰ ਕਵਿਤਾ ਦਾ ਕੇਂਦਰੀ ਭਾਵ ਹੈ ਤਾਜਮਹਿਰ ਪ੍ਰੋ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਗਤੀਵਾਦੀ ਕਵਿਤਾ ਹੈ ਇਸ ਦਾ ਕੇਂਦਰੀ ਭਾਵ ਇਹ ਹੈ ਤਾਜਮਹਿਰ ਸਦਾ ਨਜ਼ਰਾ ਤੋਂ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਉਸਾਰੀ ਲੱਖਾਂ ਰੋਂਦੇ ਕਲਾਉਂਦੇ ਮਜ਼ਦੂਰਾਂ ਤੇ ਮਜ਼ਦੂਰਨੀਆਂ ਤੋਂ ਜ਼ਬਰ ਜਬਰੀ ਬਗਾਰ ਕਰਵਾ ਕੇ ਕਰਵਾ ਕੇ ਕਰਵਾਈ ਗਈ ਹੈ ਇਸ ਕਹ ਕੇ ਅਜੀ ਹੁਸਨ ਤੇ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ ਸਗੋ ਇਹ ਇੱਕ ਤੋਖਾ ਹੈ ਹੋ ਗਿਆ ਆ ਗਿਆ ਆਹੜਾ ਮੇਰਾ ਬਚਪਨ ਕਵਿਤਾ ਦਾ ਕਿੰਦੀ ਭਵ ਪਿਤਾਹੀਨ ਬੱਚਾ ਹੋਰ ਨਾ ਸੁਧਾਨ ਬੱਚਿਆਂ ਵਾਂਗ ਆਪਣਾ ਜੀਵ ਆਪਣਾ ਬਚਪਨ ਨਹੀਂ ਭੋਗ ਸਕਦਾ ਉਸ ਦਿਸ਼ਰਮਾ ਹਰ ਸ਼ਰਮਾ ਹਜ਼ਾਰ ਵਿੱਚ ਦੂਬੀ ਮਾਂ ਉਸ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿੱਚ ਹਿੱਸਾ ਨਹੀਂ ਪਾ ਸਕਦੀ ਅਜੀਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਸ ਨੂੰ ਇਸ ਗਲਤ ਦੁੱਖ ਦੁੱਖ ਹੁੰਦਾ ਹੈ ਕਿ ਉਸ ਦੀ ਮਾਸੂਮੀਤ ਉਸ ਪਾਸੋਂ ਖੋਸ ਗਈ ਹੈ ਅੱਗੇ ਆ ਗਿਆ ਜੋ ਕਹਾਣੀ ਸੀ ਦੋ ਇਹਨਾਂ ਵਿੱਚ ਤੁਸੀਂ ਇੱਕ ਕਹਾਣੀ ਸੀ ਆਪਾਂ ਅੱਜ ਨੀਲੀ ਕਹਾਣੀ ਕਰ ਲੈਣੇ ਆ ਨੀਲੀ ਕਹਾਣੀ ਕਲਤਾ ਸਿੰਘ ਦੁੱਗਲ ਦੀ ਰਚਨਾ ਹੈ ਇਹ ਕਹਾਣੀ ਇੱਕ گاਉਂ ਤੇ ਮਨੁੱਖਵਾਦੀ ਉਗਾਗ ਦੀ ਹੈ ਜੋ ਕਿ ਇੱਕ ਮਾਂ ਤੇ ਇੱਕ ਮਾਹ ਹੈ ਤੇ ਆਪਣੀ ਬੱਚੀ ਨੂੰ ਮਰਨ ਤੇ ਉਸ ਦੀ ਮਮਤਾ ਬਲ ਬਲਉਂਦੀ ਜਾਂਦੀ ਹੈ ਪਰ ਗਵਾਲਾ ਉਸ ਦੇ ਮਾਨਸਿਕ ਦੁੱਖ ਨੂੰ ਸਮਝ ਤੋ ਅਸਮਥ ਰਹਿੰਦਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਨੀਲੀ ਗੋਰੇ ਰੰਗ ਦੀ ਸੋਹਣੀ ਸਿਹਤਮੰਦ ਗਾਂ ਸੀ ਕਹ ਕਹਾਣੀ ਕਾਲਦੀ ਪਤਨੀ ਬਹੁਤ ਸਾਰੀਆਂ ਗਾਇਆਂ ਵਿੱਚੋਂ ਇੱਕ ਇਹ ਗਾਂ ਪਸੰਦ ਕਰਕੇ ਕਰਕੇ ਇਸੇ ਦੇ ਦੁੱਧ ਦਾ ਹੀ ਪਾ ਮੁਕਾਇਆ ਸੀ ਗਵਾਲਾ ਹਰ ਰੋਜ਼ ਸਵੇਰੇ ਨੀਲੀ ਨੀਲੀ ਨੂੰ ਉਹਨਾਂ ਦੇ ਘਰ ਲੈ ਆਉਂਦਾ ਤੇ ਨਾ ਹੀ ਮਸਾਲੇ ਬਾਰੇ ਚਾਰੇ ਦੀ ਟੋਕਰੀ ਲੈ ਆਉਂਦਾ ਉਹ ਪਸ਼ੂ ਦੇ ਅੱਗੇ ਚਾਰਾ ਰੱਖ ਕੇ ਉਹਨਾਂ ਨੂੰ ਦੁੱਧ ਚੋ ਕੇ ਦੇ ਜਾਂਦਾ ਦੁੱਧ ਦਾ ਚੁਕਾਉਣ ਬਾਰੇ ਮੇਰੇ ਗਵਾਲੇ ਨਰ ਗਾਂ ਨੂੰ ਦਾਣਾ ਬਰੇ ਤੇ ਖਾਲਕ ਤੇ ਖਲ ਬਾਰਾ ਚਾਰਾ ਕੋਉਣ ਦੀ ਸਾਲਤ ਤੱਕ ਕੀਤੀ ਹੋਈ ਸੀ ਕਿਉਂਕਿ ਚੰਗੀ ਖੁਰਾਕ ਬਾਰੇ ਪਸ਼ੂ ਦਾ ਦੁੱਧ ਵੀ ਚੰਗਾ ਹੁੰਦਾ ਹੈ ਇਸ ਤਰ੍ਹਾਂ ਕਈ ਮਹੀਨੇ ਬੀਤ ਗਏ ਇੱਕ ਬਾਲੀ ਨੀਲੀ ਨਵੇਂ ਦੁੱਧ ਨਵੇਂ ਦੁੱਧ ਹੋਣ ਕਰਕੇ ਦੁੱਧ ਦੇਣਾ ਛੱਡ ਗਈ ਪਰ ਕੁਝ ਸਮੇਂ ਪਿੱਛੋਂ ਹੀ ਨੀਲੀ ਆਪਣੀ ਸੁੰਦਰ ਬੱਚੀ ਨਾਲ ਦੁੱਧ ਦੇਣ ਲਈ ਆਉਣ ਲੱਗੀ ਆਉਣ ਲੱਗ ਪਈ ਤੇ ਉਸ ਉਹ ਨੀਲੀ ਦਾ ਸਾਰਾ ਦੁੱਧ ਖਰੀਦ ਲੈਂਦਾ ਕਹਾਂ ਨਿਕਾਲਦੀ ਪਤਨੀ ਕਹਾਂ ਨਿਕਾਲਦੀ ਪਤਨੀ ਗਵਾਲੇ ਨੂੰ ਹਰ ਰੋਜ਼ ਕਹਿੰਦੀ ਕਿ ਬੱਚੀ ਲਈ ਕੁਝ ਦੁੱਧ ਸੱਧਿਆ ਕਰ ਇਸੇ ਤਰ੍ਹਾਂ ਇਸੇ ਤਰ੍ਹਾਂ ਉੱਚੰਗੀ ਗਾਂ ਬਣੇਗੀ ਪਰ ਗਵਾਲੇ ਇਸੇ ਬਾਰੇ ਆਪਣੀ ਮਰਜ਼ੀ ਕਰਦਾ ਤੇ ਨੱਕ ਵਿੱਚ ਗੁੰਗੁਨਾ ਸਦਦਾ ਹੁਣ ਕਿਉਂਕਿ ਬੱਚੀ ਦੇ ਮੂੰਹ ਮੂੰਹ ਮਾਰਨ ਤੇ ਨੀਲੀ ਦੁੱਧ ਚਾਹ ਦਿੰਦੀ ਸੀ ਹੁਣ ਕਿਉਂਕਿ ਬੱਚੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ 4 ਦਿਨ ਤੀਸੀ ਇਸੇ ਕਰਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਲੈ ਆਉਣੀ ਬੰਦ ਕਰ ਦਿੱਤੀ ਪਰ ਕਹਾਣੀ ਕਹਾਣੀ ਕਾਲ ਤੇ ਉਸ ਦੀ ਪਤਨੀ ਦੇ ਸ਼ਿਕਾਇਤ ਕਲਮ ਤੇ ਉਹ ਉਹ ਕਹਿੰਦਾ ਕਿ ਉਹ ਸ਼ਾਮ ਨੂੰ ਟੋੜੀ ਵਿੱਚ ਰਾ ਕੇ ਉਹ ਉਸ ਨੂੰ ਹਰ ਰੋਜ਼ ਮਸਾਲਾ ਖਾਉਂਦਾ ਹੈ ਕਹਾਣੀ ਕਾਲ ਦੀ ਪਤਨੀ ਪਖ ਖਪਦੀ ਰਹਿੰਦੀ ਕਿ ਦੁੱਧ ਪਾਣੀ ਵਰਗਾ ਮਿਲਦਾ ਹੈ ਤੇ ਗਵਾਲਾ ਬੱਚੀ ਲਈ ਦੁੱਧ ਨਹੀਂ ਬਚਾਉਂਦਾ ਜਿਸ ਕਰਕੇ ਉਹ ਹੱਡੀਆਂ ਦੀ ਮੁਠ ਬੰਨ ਦੀ ਜਾ ਰਹੀ ਹੈ ਗਵਲ ਗਵੱਲਾ ਕਹਿੰਦਾ ਹੈ ਕਿ ਗਾਂ ਦੁੱਧ ਸਵਾਲ ਲੈਂਦੀ ਹੈ ਤੇ ਉਹ ਬੱਚੀ ਦਵਾਲਾ ਥਣਾ ਨੂੰ ਬਾਰ ਬਾਰ ਤੂੰ ਸੁਮਰ ਨਾਲ ਦੱਸ ਦੱਸ ਕੇ ਉਹਨਾਂ ਨੂੰ ਝੂਠ ਕਲਦਾ ਝੂਠੇ ਕਲਦਾ ਅਗੇ ਗਿਆ ਇੱਕ ਦਿਨ ਬੱਚੀ ਮਰ ਗਈ ਗਵੱਲਾ ਨਿਕਾ ਜਿਹਾਂ ਮੂੰਹ ਬਣਾ ਕੇ ਕਹਾ ਨਿਕਾਲ ਦੇਕਰ ਕਰ कही गया कि राती बच्ची ने दे करके दे खादा पीता नहीं इसी करके अज दुद्ध नागा रहेगा कहानी कार कहानी कार की पत्नी नुस्सा तो बहुत सी पर, पर चुप कर रही ਅਗਲੇ ਦਿਨ ਸਵੇਰੇ ਨੀਲੀ ਕਹਾਣੀ ਕਾਲ ਦੀ ਕੋਠੀ ਦੇ ਸਾਹਮਣੇ ਗੇਤ ਵਿਛੇ ਬਾਹਰ ਆ ਕੇ ਖੜੀ ਹੋ ਗਈ। ਗਵਾਲਾ ਮਸਾਲੇ ਦੀ ਟੋਕਰੀ ਲੈ ਕੇ ਆ ਗਿਆ। ਪਹਿਲਾਂ ਨੀਲੀ ਤੂੰ ਉਸਨੂੰ ਮਾਰ ਕੇ ਗੇਤ ਖੋਲ ਦਿੰਦੀ ਸੀ ਪਰ ਅੱਜ ਉਹ ਚੁੱਪਚਾਪ ਖੜੀ ਸੀ। ਉਹ ਉਦਾਸੀ। ਗਵਾਲਾ ਆਇਆ ਤੇ ਗੇਤ ਖੋਲ ਕੇ ਉਹ 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 ਤੇ ਉਸ ਦੇ ਪਿੱਛੇ-ਪਿੱਛੇ ਨੀਲੀ ਅੰਦਰ ਆ ਗਈ। ਗਵਾਲੇ ਨੇ ਮਸਾਲੇ ਦੀ ਟੋਕਰੀ ਰੱਖੀ ਤੇ ਹੱਥ ਮਾਰ ਕੇ ਉਸ ਨੂੰ ਖੁਸ਼ਬੂ ਖਿਲਾਰਨ ਲਗਾ ਨੀਲੀ ਟੋਕਰੀ ਕੋਲ ਆਈ ਗਵਾਲੇ ਨੇ ਫਿਰ ਉਸ ਨੂੰ ਟੋਕਰੀ ਟੋਕਰੀ ਉਸ਼ਾਲ ਕੇ ਦਾਣਾ ਦਿਖਾਇਆ ਨੀਲੀ ਅੱਗੇ ਆ ਗਈ ਪਰ ਉਸ ਨੇ ਮਸਾਲੇ ਨੂੰ ਮੂੰਹ ਨਾਲ ਲਾਇਆ ਫਿਰ ਗਵਾਲੇ ਨੇ ਨੀਲੀ ਦੇ ਸਿਰ ਉੱਤੇ ਹੱਥ ਫੇਰ ਤੇ ਪੁਚਕਾ ਲਿਆ ਨੀਲੀ ਨੇ ਬਹੁਤ ਬੁੱਠਨੀ ਟੋਕਰੀ ਵਿੱਚ ਪਾ ਦਿੱਤੀ ਪਰ ਉਸ ਤੋਂ ਕੁਝ ਖਾਧਾ ਨਹੀਂ ਸੀ ਜਾਸ ਰਹਾ ਉਹ ਮੂੰਹ ਮੋੜ ਕੇ ਫਿਰ ਟੋਕਰੀ ਵੱਲ ਪਿੱਠ ਕਰਕੇ ਖੜੀ ਹੋ ਗਈ ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੱਕ ਕੇ ਤੁਰ ਪਿਆ ਤੇ ਨੀਲੀ ਵੀ ਉਸ ਦੇ ਪਿੱਛੇ-ਪਿੱਛੇ ਤੁਰ ਪਈ ਕਹਾ ਨਿਕਾਲਦੀ ਪਤਨੀ ਕਹੀ ਰਹੀ ਸੀ ਕਿ ਉਸ ਨੂੰ ਚੁੱਲੀ ਦੁੱਧ ਦੇ ਬਚਾਉਣ ਲਈ ਬੱਚੀ ਕੋਲ ਲਈ ਹੈ ਉਸ ਨੇ ਨੌਕਲ ਨੂੰ ਡੈਰੀ ਤੋਂ ਦੁੱਧ ਲੈ ਲੇਪੀ ਦਿੱਤਾ ਕਹਾਣੀਕਾਰ ਉਨੀ ਦੇਲ ਤੱਕ ਉਨੀ ਦੇਲ ਤੱਕ ਜਾਂਦੀ ਨੀਲੀ ਨੂੰ ਦੇਖ ਰਿਹਾ ਜਿੰਨਾ ਚਿਰ ਉਹ ਅੱਖਾਂ ਤੋਂ ਹੋਲੇ ਨਾ ਹੋ ਗਈ ਅਗਲੇ ਦਿਨ ਮੂੰਚ ਮੂੰਚਾ ਖਰੇ ਦਿਨ ਚਾਹ ਖੇ ਹੀ ਗਵਾਲਾ ਮਸਾਲੇ ਦੀ ਟੋਕਰੀ ਚੁੱਕ ਕੇ ਕਹਾਣੀਕਾਰ ਦੀ ਕੋਠੀ ਵਿਚ ਆ ਪੂਜਾ ਉਸ ਦੇ ਮਗਰ ਹੀ ਨੀਲੀ ਸੀ ਉਸ ਨੇ ਟੋਕਰੀ ਹੇਠਾਂ ਰੱਖੀ ਕਿ ਕਿਸੇ ਕੀ ਨੀਲੀ ਅੱਗੇ ਵੱਧ ਕੇ ਮੂੰਹ ਮਾਰਨ ਲੱਗ ਪਈ ਗਵਾਲਾ ਗਾਗਰ ਫੜ ਕੇ ਨੀਲੀ ਕੋਲ ਬੈਠ ਗਿਆ ਪਰ ਉਹ ਪਰੇ ਹੋ ਗਈ ਨੀਲੀ ਨੂੰ ਮਸਾਲਾ ਖਾਂਦੀ ਦੇਖ ਕੇ ਗਵਾਲਾ ਫੇਰ ਉਸ ਦੇ ਨੇੜੇ ਹੋਇਆ ਪਰ ਉਹ ਫਿਰ ਪਛਾਣ ਹੋ ਗਈ ਨੀਲੀ ਤੋਂ ਨੀਲੀ ਟੋਕਰੀ ਵਿੱਚ ਮੂੰਹ ਜਮਾਈ ਵਸਾਲਾ ਖਾ ਰਹੀ ਸੀ ਕਿਉਂਕਿ ਉਹ ਤਿੰਨ ਦਿਨਾਂ ਤੋਂ ਭੁੱਖੀ ਸੀ ਗਵਾਲਾ ਉਸ ਦੀ ਪਿੱਠ ਤੇ ਹੱਥ ਫੇਲਦਾ ਹੋਇਆ ਮੂਹ ਨਾਲ ਉਸ ਦੇ ਉੱਪਰ ਪੁਚਕਾਲਦਾ ਰਿਹਾ ਗਵਾਲਾ ਨੀਲੀ ਦੇ ਹੱਥ ਹੇਠਾਂ ਬੈਠ ਗਿਆ ਤੇ ਉਹ ਨਾ ਹਿੱਲੀ ਪਰ ਜਦੋਂ ਉਸਨੇ ਥਨਾ ਬਲ ਹੱਥ ਵਧਾਇਆ ਤਾਂ ਉਹ ਲੱਤ ਮਾਰ ਕੇ ਭਲੇ ਹੋ ਗਈ ਗਵਾਲਾ ਸ਼੍ਰੀਮਿੰਦਾ ਜਿਹਾ ਹੋ ਕੇ ਉੱਥੇ ਬੈਠ ਉੱਥੇ ਬੈਠਾ ਤੇ ਨੀਲੀ ਦੇ ਸਿੰਘ ਸਿੰਘਾਂ ਨੂੰ ਨੂੰ ਪਿਆਰ ਕਰਨ ਲੱਗ ਪਿਆ ਫਿਰ ਉਹ ਫਿਰ ਉਸ ਦੀਪਿਤ ਤੇ ਹੱਥ ਹੱਥ ਫੇਰਨ ਮਗਰੋਂ ਉਸ ਦੀ ਪੂਛ ਨਾਲ ਖੇਡਦਾ ਰਿਹਾ ਤੇ ਫਿਰ ਉਸ ਦੇ ਕੋਲ ਬੈਠ ਕੇ ਉਸ ਦੀ ਪੂਛ ਪੂਛ ਨੂੰ ਮਲਦਾ ਤੇ ਉਸ ਦੀ ਲੱਤਾਂ ਨੂੰ ਸਾਫ਼ ਕਰਦਾ ਰਿਹਾ ਪਰ ਜਦੋਂ ਉਸ ਦੇ ਥਨ ਨੂੰ ਪੁੱਲੇ ਜਿਹੇ ਫੜਿਆ ਤਾਂ ਨੀਲੀ ਲੱਤ ਮਾਰ ਕੇ ਪੜੇ ਹੋ ਗਏ ਇਹ ਦੇਖ ਕੇ ਗਵਾਲੇ ਨੂੰ ਗੁੱਸਾ ਆ ਗਿਆ ਉਸਨੇ ਨੀਲੀ ਤੋ ਮਸਾਲੇ ਦੀ ਟੋਕਰੀ ਖੋਲ ਲਈ ਤੇ ਸਿਰ ਤੇ ਰੱਖ ਕੇ ਤੀਜੀ ਤੇਜੀ ਨਾਲ ਮੁੜ ਤੁਰਿਆ ਉਸ ਨੂੰ ਦੇਖ ਕੇ ਨੀਲੀ ਰਿੰਗੀ ਪਰ ਉਹ ਤੁਰਦਾ ਹੋ ਗਿਆ ਨੀਲੀ ਕਿੰਨਾ ਚਿਰ ਉੱਥੇ ਖੜੀ ਰਿੰਗੀ ਰਿੰਗਦੀ ਰਹੀ ਜਿਵੇਂ ਕਬਾਲੇ ਨੂੰ ਕਹੀ ਰਹੀ ਹੋਵੇ ਕਿ ਉਸ ਸਮਝਦਾ ਕਿਉਂ ਨਹੀਂ ਅਜੇ 2 ਦਿਨ ਤਾਂ ਹੋਏ ਹੋਏ ਹਨ ਉਸ ਦੀ ਤੀਨ ਨੂੰ ਮਰਿਆ ਉਹ ਅਜੇ ਉਸ ਨੂੰ ਫੁੱਲਾ ਨਹੀਂ ਸਕੀ ਪਰ ਪਰਿਹੜੇ ਤੇ ਪਰਿਹੜੇ ਤੇ ਅੱਗੇ ਪੇਸ਼ ਨਹੀਂ ਜਾਂਦੀ ਉਸ ਉਸ ਦੀ ਲਾੜੇ ਤੇ ਪੋਲੇ-ਪੋਲੇ ਬੁੱਲਵ ਜਦੋਂ ਉਸ ਦੇ ਥਾਣਾ ਨੂੰ ਲੱਗਦੇ ਸਨ ਤਾਂ ਉਸ ਨੂੰ ਦੁੱਧ ਆਪਣੇ ਆਪ ਦੀ ਹੀ ਲਹਿ ਆਉਂਦਾ ਸੀ ਕੀ ਉਹ ਜਾਣਦਾ ਨਹੀਂ ਕਿ ਮਾਂ ਤੇ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ ਠੀਕ ਹੈ ਕਿ ਉਹ ਕੁਝ ਦਿਨਾਂ ਤੱਕ ਉਸ ਨੂੰ ਪੁੱਲ ਜਾਵੇਗਾ ਤੇ ਦੁੱਧ ਉਹ ਦੁੱਧ ਵੀ ਦੇਵੇਗੀ ਪਰ ਉਸ ਨੂੰ ਇੱਕ ਇੱਕ ਦੋ ਦਿਨ ਹੋ ਸਬਰ ਕਰਨਾ ਪਵੇਗਾ ਉਹ ਹੁਣ ਉਸ ਨੂੰ ਦੁੱਧ ਕੀ ਕਰਨਾ ਹੈ ਦੁੱਧ ਪੀਣ ਬਾਰੇ ਤਾਂ ਚਲੀ ਗਈ ਪਰ ਉਹ ਉਸ ਨੂੰ ਉਹ ਖਾਣਾ ਮਾਰੇ ਤੇ ਆ ਕੇ ਉਸ ਨੂੰ ਦਾਣਾ ਚਾਰੇ ਨਿਲ ਕਿੰਨਾ ਕਿੰਨਾ ਚ ਨੀਲੀ ਕੋਥੀ ਦੇ ਗੀਤਕ ਬਲ ਦੇਖਦੀ ਰਹੀ ਪਰ ਗਵਾਲਾ ਨਾ ਮੁੜਿਆ ਅੱਜ ਤੁਹਾਡਾ ਪੇਪਰ ਸੀ ਜਿੱਦਾਂ ਸੀ ਤੁਹਾਨੂੰ ਫੁੱਲ ਸੋਲੂਸ਼ਨ ਕਰਵਾਇਆ ਜੇ ਕੱਲ ਤੁਹਾਨੂੰ ਆਪਣੀ ਵੀਡੀਓ ਬਧੀ ਲੱਗੇਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਟੈਲੀਗ੍ਰਾਮ ਗਰੁੱਪ ਆਪਣੇ ਹੋਇਆ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਉੱਥੇ ਤੁਹਾਨੂੰ ਜੋ ਪੇਪਰ ਦੀ ਪੀਡੀਐਫ ਆ ਸਭ ਤੋਂ ਪਹਿਲਾਂ ਮਿਲਦੀ ਰਹੂਗੀ ਤੇ ਚਲੋ ਆਪਾਂ ਫਿਰ ਮਿਲਾਂਗੇ ਕੱਗਲੀ ਵੀਡੀਓ ਚ ਤੇ ਹੋ ਸਕੇ ਤਾਂ ਇਹ ਪੇਪਰ ਆਪਣੇ ਦੋਸਤਾਂ ਵਿੱਚ ਵੀ ਜਰੂਰ ਸ਼ੇਅਰ ਕਰ ਦੇਣਾ ਜਿਸ ਨਾਲ ਉਹਨਾਂ ਦੀ ਵੀ ਥੋੜੀ ਮੋਤੀ ਮੁੱਤੀ ਤਾਂ ਹੋ ਸਕੇ ਤੇ ਉਹ ਵੀ ਪੇਪਰ ਦੇ ਵਿੱਚ ਵਧੀਆ ਅੰਕ ਪ੍ਰਾਪਤ ਕਰ ਸਕਣ ਥੈਂਕਸ ਫॉर ਵਾਚਿੰਗ ਪਲੀਜ਼ ਸਬਸਕ੍ਰਾਈਬ ਤੁਮਾਰੀ YouTube ਚੈਨਲ